كرنا
ਸਤਿਗੁਰ ਸੱਚ ਸਾਖੀ ਹੈ ਮੈਂ ਹਮੇਸ਼ਾ ਕਿਹਾ ਕਰਦਾ ਹਾਂ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਤੇ ਇਹਨੂੰ ਮਹੱਤਤਾ ਦਿੰਦੇ ਨੇ ਪਰ ਇਹ ਸ਼ਬਦ ਹਰ ਗੁਰਸਿੱਖ ਦੇ ਲਈ ਹਰ ਪ੍ਰਾਣੀ ਦੇ ਲਈ ਇਹ ਹਰ ਰੋਜ਼ ਜ਼ਰੂਰੀ ਹੈ ਜਿਹੜੇ ਕਾਰਜ ਨੇ ਗ੍ਰਸਥ ਦੇ ਕਾਰਜ ਨੇ ਇਹ ਤੇ ਇੱਕ ਲੰਬੇ ਪੰਥ ਨੇ ਸੌ ਸੌ ਸਾਲ ਦੇ ਲੰਬੇ ਪੰਥ ਨੇ ਇਹਦੇ ਵਿੱਚ ਤੇ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਜੇ ਬਖਸ਼ਿਸ਼ ਹੋਵੇ ਤੇ ਚੰਗੇ ਨਿਭਦੇ ਨੇ ਬਹੁਤ ਲੋੜ ਹੈ ਪਰ ਗੁਰਸਿੱਖ ਦੇ ਲਈ ਤੇ ਮਹਾਰਾਜ ਕਹਿੰਦੇ ਨੇ ਤੇਰਾ ਰੋਜ਼ ਦਾ ਜੀਵਨ ਜਿਹੜਾ ਸਵੇਰੇ ਸਵੇਰ ਨੂੰ ਉੱਠਦਾ ਹੈ ਨਾ ਤੂੰ ਪਾਠ ਕਰ ਸਿਮਰਨ ਕਰ ਤੇ ਆਪਣਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰ ਇਹ ਸਾਡੇ ਵਿੱਚ ਘਾਟ ਹੈ ਅਸੀਂ ਸਾਰੇ ਇਹਦੇ ਸ਼ਿਕਾਰ ਹਾਂ ਕਿ ਅਸੀਂ ਅਰਦਾਸ ਨਹੀਂ ਕਰਦੇ ਪਾਠ ਵੀ ਨਹੀਂ ਕਰਦੇ ਬਹੁਤ ਮਹਾਰਾਜ ਕਹਿੰਦੇ ਤੂੰ ਸਿਮਰਨ ਕਰ ਥੋੜ੍ਹਾ ਬਹੁਤ ਹੀ ਕਰ ਲਾ ਦੋ ਚਾਰ ਮਿੰਟ ਹੀ ਕਰ ਲਾ ਜੇ ਜ਼ਿਆਦਾ ਨਹੀਂ ਕਰ ਸਕਦਾ ਪਰ ਆਪਣਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਸਵੇਰ ਨੂੰ ਉੱਠ ਕੇ ਪਹਿਲਾਂ ਅਰਦਾਸ ਕਰ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ ਤੇ ਚਾਰ ਤਾਂ ਰਾਤ ਤਾਂ ਸੁੱਖਾਂ ਭਰੀ ਬਤੀਤ ਕਰਾ ਦਿੱਤੀ ਆ ਹੁਣ ਦਿਨ ਵੀ ਸੁੱਖਾਂ ਭਰਿਆ ਬਤੀਤ ਕਰਾਈ ਤੇ ਫਿਰ ਜਿਹੇ ਜਿਹੇ ਕਾਜ ਕਿਰਤ ਸੇਵਕ ਕੀ ਤਾਂ ਉੱਠਦਾ ਆਪਣੇ ਸੇਵਕ ਹੀ ਆਪੇ ਰਾਖੇ ਆਪੇ ਨਾਮ ਚ ਪਾਵੇ ਜਿਹੇ ਜਿਹੇ ਕਾਜ ਕਿਰਤ ਸੇਵਕ ਕੀ ਤਾਂ ਉੱਠਾਵੇ ਫਿਰ ਉਹਦੇ ਨਾਲ ਮਨ ਨੂੰ ਵੀ ਤਸੱਲੀ ਹੁੰਦੀ ਹੈ ਵੀ ਅੱਜ ਮੈਂ ਮਹਾਰਾਜ ਦੇ ਅੱਗੇ ਭਰੋਸਾ ਵੱਧ ਜਾਂਦਾ ਹੈ ਇੱਕ ਯਕੀਨ ਬਣ ਜਾਂਦਾ ਹੈ ਮਨ
ਚੜ੍ਹਦੀ ਕਲਾ ਚ ਹੋ ਜਾਂਦਾ ਹੈ ਕਿ ਮੈਂ ਅੱਜ ਗੁਰੂ ਦੇ ਅਕਾਲ ਪੁਰਖ ਮੋਹਰੇ ਅੱਜ ਮੈਂ ਅਰਦਾਸ ਕੀਤੀ ਆ ਉਹ ਮੇਰੀ ਰੱਖਿਆ ਕਰੇਗਾ ਉਹ ਕਰਦਾ ਵੀ ਹੈ ਮਹਾਰਾਜ ਤਾਂ ਕਹਿੰਦੇ ਨੇ ਜਿਹੋ ਜਿਹੇ ਕਾਜ ਕਿਰਤ ਸੇਵਕੀ ਭਾਈ ਜਿਹੜੇ ਤੇਰੇ ਕੰਮ ਕਾਰ ਵੀ ਨੇ ਜਿਹੜੀ ਕਿਰਤ ਵੀ ਕਰਦਾ ਉਹਦੇ ਵਿੱਚ ਵੀ ਸਹਾਈ ਹੁੰਦਾ ਹੈ ਉਹ ਅਕਾਲ ਪੁਰਖ ਪਰ ਜੇ ਅਸੀਂ ਉਹਨੂੰ ਜਪੀਏ ਗੁਰਮੁਖ ਪਰਿਵਾਰ ਨੇ ਬੱਚੀ ਕਮਲਪ੍ਰੀਤ ਕੌਰ ਦੇ ਆਨੰਦ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸਤਿਗੁਰੂ ਦੀ ਓਟ ਲੈਂਦੇ ਹੋਏ ਸਤਿਗੁਰੂ ਦੇ ਚਰਨ ਪਰਸਨ ਕੀਤੇ ਨੇ ਭਾਈ ਬਹੁਤ ਚੰਗਾ ਸੁਭਾਗ ਹੈ ਚੰਗਾ ਕੰਮ ਹੈ ਉਸ ਅਕਾਲ ਪੁਰਖ ਨੂੰ ਯਾਦ ਕਰਨਾ ਸੋ ਗੁਰੂ ਮਹਾਰਾਜ ਕਿਰਪਾ ਕਰੇ ਇਸ ਪਰਿਵਾਰ ਨੂੰ ਅਤੇ ਇਸ ਬੱਚੀ ਨੂੰ ਜੋ ਇਹਨਾਂ ਦੇ ਗ੍ਰਸਥ ਦੇ ਬਾਰੇ ਵਿੱਚ ਹੈ ਸਤਿਗੁਰੂ ਇਹਨਾਂ ਨੂੰ ਗੁਰਮਤ ਗੁਰਸਿੱਖੀ ਬਖਸ਼ਿਸ਼ ਕਰੇ ਗੁਰੂ ਦੀ ਮੱਤ ਬਖਸ਼ਿਸ਼ ਕਰੇ ਜਿਸ ਦੇ ਨਾਲ ਇਹਨਾਂ ਦੇ ਜੀਵਨ ਬਹੁਤ ਸੌਖੇ ਬਤੀਤ ਹੋਣ ਆਓ ਸ਼ਬਦ ਹੋਰ ਸੜ ਗੁਰ ਨਾਨਕ ਜਾ ਕੋ ਭਇਆ ਦਇਆਲਾ ਗੁਰ ਨਾਨਕ ਜਾ ਕੋ ਭਇਆ ਚਰਨ ਹਿਰਦੈ ਵਸਾਈ
Oh,
سوجن هوا سدا نهالا